ਹਲੋ ਦੋਸਤੋ ਲਾਸਟ ਲੈਕਚਰ ਦੇ ਵਿੱਚ ਜੋ ਆਪਾਂ ਗੱਲ ਕੀਤੀ ਸੀ ਆਪਾਂ ਠੋਸਾਂ ਦੇ ਸੰਯੋਜਨ ਦੇ ਸਤਾ ਬਖੇਤਰਫਲ ਦੀ ਗੱਲ ਕੀਤੀ ਸੀ ਸਰਫੇਸ ਏਰੀਆ ਆਫ ਕੰਬੀਨੇਸ਼ਨ ਆਫ ਸੋਲਿਡਸ ਦੀ ਗੱਲ ਕੀਤੀ ਸੀ ਉਸੇ ਚੀਜ਼ ਅੱਗੇ ਵਧਦੇ ਹੋਏ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਆਪਾਂ ਉਹਨਾਂ ਦੇ ਆਇਤਨ ਤੇ ਗੱਲ ਕਰਨੀ ਹੈ ਠੋਸਾਂ ਦੇ ਸੰਯੋਜਨ ਦਾ ਆਇਤਨ ਵੋਲਿਊਮ ਆਫ कॉम्बिनेशन ऑफ सॉलिड्स से गल करनी है तो कुछ रफली डायग्राम से पहला आप वर्क कर दे कि आपसैप्ट की की जा रहे हैं मान लो एक सिलेंडर देता सिलेंडर के दे उपर अर्ध गोला देता एक सिलेंडर देता उसके उपर शंकु हो गया एक शंकु देता उस दे नीचे अर्ध गोला हो गया ਔਰ ਇੱਕ ਸਿਲੰਡਰ ਉੱਪਰ ਸ਼ੰਕੂ ਨਿਚੇ ਅਰਧ ਗੋਲਾ ਹੋ ਗਿਆ ਆਪਾਂ ਨੂੰ ਆ ਕੁਝ ਡਾਇਗਰਾਮਸ ਇਸ ਟਾਈਪ ਦੇ ਡਾਇਗਰਾਮਸ ਸੋਲਿਡਸ ਦਿੱਤੇ ਹੋਣਗੇ ਕਿ ਕਹਿਣਗੇ ਆਇਤਨ ਪਤਾ ਕਰਨਾ ਹੈ ਆਇਤਨ ਕੀ ਹੁੰਦਾ ਹੈ ਆ ਸਾਰਾ ਅੰਦਰਲਾ ਹਿੱਸਾ ਜਿੰਨੀ ਇਹਦੇ ਅੰਦਰ ਹਵਾ ਹੈ ਉਹ ਇਸ ਦਾ ਆਇਤਨ ਹੈ ਉਹ ਇਸ ਦਾ ਆਇਤਨ ਹੈ ਠੀਕ ਤਾਂ ਫਿਰ ਕਲੀਅਰ ਹੋ ਗਿਆ ਜਦੋਂ ਹੁਣ ਆਪਾਂ ਇਸ ਦੇ ਕੰਪਲੀਟ ਆਇਤਨ ਦੀ ਗੱਲ ਕਰਾਂਗੇ ਤਾਂ ਜਿਹੜੇ ਜਿਹੜੇ ਠੋਸੇ ਦੇ ਵਿੱਚ ਮਿਲੇ ਹੋਏ ਨੇ ਉਹਨਾਂ ਦੇ ਆਇਤਨ ਨੂੰ ਕੀ ਕਰਦਾਂਗੇ ਆਪਾਂ ਪਲੱਸ ਕਰਦਾਂਗੇ ਇੱਥੇ ਸਿਲੰਡਰ ਹੈ ਇੱਥੇ ਆਪਣੇ ਕੋਲੇ ਅਰਧ ਗੋਲਾ ਹੈ ਸਿਲੰਡਰ ਦਾ ਆਇਤਨ ਪਾਈ r ਦੀ 2h ਅਰਧ ਗੋਲੇ ਦਾ ਆਇਤਨ 2/3 π πr ਦੇ 3 ਤਾਂ ਟੋਟਲ ਜੋ ਵੀ ਇੱਕ ਥੋਸ ਬਣਿਆ ਕੋਈ ਵਸਤੂ ਬਣੀ ਹੈ ਉਹਦਾ আয়তন ਕੀ ਹੋ ਜਾਊਗਾ ਪਲੱਸ ਹੋ ਜਾਊ ਸੇਮ ਇਥੇ ਇੱਕ ਆਪਾਂ ਨੂੰ ਸਿਲੰਡਰ ਦਿੱਤਾ ਹੈ πr ਦੀ 2h ਇੱਕ ਆਪਾਂ ਨੂੰ ਸ਼ੰਕੂ ਦਿੱਤਾ ਹੈ ਫਰਕ ਕੀ ਪੈਣਾ ਇਥੇ ਅਰਧ ਵਿਆਸ ਆਧਾਰ ਤਾਂ ਦੋਹਾਂ ਦਾ ਸੇਮ ਹੈ ਪਰੰਤੂ हो ਸਕਦਾ ਉਚਾਈ ਅਲੱਗ-ਅਲੱਗ ਮਿਲ ਜੇ ਮੈਂ ਦੋਹਾਂ ਨੂੰ ਅਲੱਗ-ਅਲੱਗ ਡਿਫਰੈਂਸ਼ੀਏਟ ਕਰ ਰਿਹਾ ਮੰਨ ਲਓ ਇਹ ਐਚ ਹੈ ਇਹ ਕੈਪੀਟਲ ਐਚ ਹੈ ਤਾਂ ਫਿਰ ਆਇਤਨ ਇਹਦਾ ਕੀ ਹੋ ਗਿਆ 1/2 ਪਾਈ r ਦੀ ਦੋ ਵੱਡੀ ਐਚ ਤਾਂ ਕੰਪਲੀਟ ਆਇਤਨ ਕੀ ਹੋ ਗਿਆ ਦੋਹਾਂ ਦਾ ਕੀ ਕਰ ਦਾਂਗੇ ਪਲੱਸ ਇੱਥੇ ਦੇਖੋ ਸੇਮ ਚੀਜ਼ ਇੱਥੇ ਹੈ ਮੰਨ ਲਓ ਆ ਛੋਟੀ ਐਚ ਹੈ ਅ ਵੱਡੀ ਐਚ ਹੈ ਅਰਧ ਵਿਆਸ ਕਿਉਂਕਿ ਜਿਹੜਾ ਆਧਾਰ ਹੈ ਉਹ ਕੀ ਹੈ ਇਹਨਾਂ ਦਾ ਸੇਮ ਹੈ ਆ ਅਰਧ ਗੋਲਾ ਹੋ ਗਿਆ ਉਹਦਾ ਆਇਤਨ 2/3 ਪਾਈ r ਦੀ 3 ਸਿਲੰਡਰ ਦਾ ਆਇਤਨ ਪਾਈ r ਦੇ 2 ਵਡੀਆਂ h ਕਿਉਂਕਿ ਆਪਾਂ ਉਚਾਈ ਨੂੰ 2h ਲੈ ਕੇ ਚੱਲ ਰਹੇ ਹਾਂ ਸ਼ੰਕੂ ਦਾ ਆਇਤਨ 1/3 ਪਾਈ r ਦੀ 2 ਛੋਟੀ h ਤੇ ਕੰਪਲੀਟ ਆਇਤਨ ਕੀ ਹੋ ਗਿਆ ਤਿੰਨਾਂ ਨੂੰ ਆਪਾਂ ਕੀ ਕਰ ਦਾਂਗੇ ਪਲੱਸ ਕਰ ਦਾਂਗੇ ਸੇਮ ਚੀਜ਼ ਇੱਥੇ ਦੇਖੋ ਇਸ ਦਾ ਆਇਤਨ ਹੋ ਗਿਆ 1/3 ਪਾਈ r ਦੀ 2h ਇਸ ਦਾ ਆਇਤਨ ਹੋ ਗਿਆ 2/3 ਪਾਈ r ਦੇ 3 ਤਿੰਨਾਂ ਨੂੰ ਪਲੱਸ ਕੀਤਾ ਤੇ ਜਦੋਂ ਸੋਲਵ ਕਰਾਂਗੇ ਉਹੀ ਕਨਸੈਪਟ ਜੋ ਆਪਾਂ ਲਾਸਟ ਲੈਕਚਰ ਕੀਤਾ ਆਪਾਂ ਪਹਿਲਾਂ ਸਾਂਝਾ ਗੱਡਾਂਗੇ ਕੁਐਸਚਨ ਨੂੰ ਸੌਖਾ ਬਣਾਉਣ ਦੇ ਲਈ ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਾਂਗੇ ਸੋਲਵ ਕਰਾਂਗੇ ਤਾਂ ਇਹ ਕਨਸੈਪਟ ਹੈ ਜਿਸ ਤੇ ਆਪਾਂ ਗੱਲ ਕਰਨੀ ਹੈ ਹੁਣ ਆਪਾਂ ਕੁਝ ਐਗਜ਼ਾਮਪਲਸ ਲੈ ਕੇ ਚੱਲਦੇ ਹਾਂ ਕਵਸਚਨ ਆਪਾਂ ਦਿੱਤਾ ਹੋਇਆ ਕਿ ਇੱਥੇ ਇੱਕ ਲਾਟੂ ਇੱਕ ਸ਼ੰਕੂ ਦੇ ਆਕਾਰ ਦਾ ਹੈ ਜਿਸ ਉੱਪਰ ਅਰਧ ਗੋਲਾ ਬਣਿਆ ਹੋਇਆ ਹੈ ਇੱਕ ਸ਼ੰਕੂ ਹੈ ਉਹ ਉੱਪਰ ਅਰਧ ਗੋਲਾ ਬਣਿਆ ਹੋਇਆ ਹੈ ਲਾਟੂ ਦੀ ਪੂਰੀ ਉਚਾਈ 5 ਸੈਂਟੀਮੀਟਰ ਅਰਧ ਵਿਆਸ ਕਿਉਂਕਿ ਜਦੋਂ ਆਧਾਰ ਸੇਮ ਹੈ ਤਾਂ ਦੋਹਾਂ ਦਾ ਅਰਧ ਵਿਆਸ ਕੀ ਹੋਊਗਾ ਅਰਧ ਗੋਲੇ ਤੇ ਸ਼ੰਖੂਦਾਰ ਦੇ ਵਿਆਸ ਕੀ ਹੋਣਾ ਸੇਮ ਹੋਣਾ ਏਸ ਦਾ ਆਇਤਨ ਪਤਾ ਕਰੋ ਹੁਣ ਆਪਾਂ ਲਾਟੂ ਦਾ ਆਇਤਨ ਪਤਾ ਕਰਨਾ ਹੈ ਤੇ ਲਾਟੂ ਦਾ ਆਇਤਨ ਲਾਟੂ ਬਣਿਆ ਦੋ ਠੋਸਾਂ ਤੋਂ ਇੱਕ ਅਰਧ ਗੋਲਾ ਇੱਕ ਸ਼ੰਖੂ ਤਾਂ ਇਹਦਾ ਮਤਲਬ ਫਿਰ ਕੀ ਹੋ ਗਿਆ ਅਰਧ ਗੋਲੇ ਦਾ ਆਇਤਨ ਪਲੱਸ ਸ਼ੰਕੂ ਦਾ ਆਇਤਨ ਹੁਣ ਅਰਧ ਗੋਲੇ ਦੇ ਆਇਤਨ ਦਾ ਕੀ ਫਾਰਮੂਲਾ ਸੀ 2/3 ਪਾਈ r ਦੇ ਤਿੰਨ ਸ਼ੰਕੂ ਦਾ 1/3 ਪਾਈ r ਦੇ ਦੋਜ ਜੋ ਚੀਜ਼ ਕਦੋਂ ਚਾਹੀਦੀ ਆਪਾਂ ਉਸ ਅਕੋਰਡਿੰਗ ਉਹਨੂੰ ਸੋਲਵ ਕਰਾਂਗੇ ਸਾਂਝਾ ਦੇਖੋ niche 3 ਆ ਗਿਆ 1 ਪਾਈ ਆ ਗਿਆ r ਤਿੰਨ ਵਾਰ ਹੈ r ਦੋ ਵਾਰ ਹੈ r ਦੋ ਵਾਰ ਸਾਂਝਾ ਆ ਗਿਆ ਤਾਂ ਸੰਜਾ ਦੇਖੋ 3 ਆ ਗਿਆ πr ਦੀ 2 ਪਿੱਛੇ ਕੀ ਬਚ ਗਿਆ 1 2 1r 1h ਬਚ ਗਏ ਕੀਮਤਾ π 7r ਹੁਣ ਅਰਧ ਵਿਆਸ ਕਿੰਨਾ ਹੈ 3.5 ਸੈਂਟੀਮੀਟਰ ਵਟਿਆ ਚ 35 10 5 ਦੇ ਪਹਾੜੇ ਤੇ ਗਿਆ 5 7 35 5 2 10 r ਦੋ ਬਾਰ ਹੈ ਤਾਂ 7 ਵਟੇ 2 ਆ ਗਿਆ 2 ਬਾਰ ਆਰ 7 ਵਟੇ 2 ਐਚ ਹੁਣ ਐਚ ਦਾ ਮਸਲਾ ਰਹਿ ਗਿਆ ਐਚ ਕੀ ਦੀ ਹੈ ਸ਼ੰਕੂ ਦੀ ਤਾਂ ਇਹ ਕੀ ਹੈ ਸ਼ੰਕੂ ਦੀ ਉਚਾਈ ਕਿੰਨੀ ਹੈ ਦੇਖੋ ਆ 5 ਹੈ ਸਾਰੀ ਆ ਸਾਢੇ 3 ਨਿਕਲ ਗਈ ਤੇ 5 ਦੇ ਵਿੱਚੋਂ ਸਾਢੇ 3 ਘਟਾਇਆ 3.5 ਘਟਾਇਆ ਕਿੰਨਾ ਬਚ ਗਿਆ 1.5 ਤਾਂ ਉਚਾਈ ਕਿੰਨੀ ਆ ਗਈ ਆਪਣੇ ਕੋਲੇ 1.5 2 ਵੰਡਿਆ 11 7 ਨਾਲ 7 ਗਿਆ 11 7 77 3 ਦੋਨੇ 6 2 ਨਾਲ 2 ਕੱਟ ਗਿਆ 7 1.5 ਆ ਗਿਆ 77 6 ਇਹਨੂੰ ਜੋੜ ਕੀਤਾ 8.5 ਪੁਆਇੰਟ ਹਟਾਇਆ 10 ਲੱਗ ਗਿਆ 5 ਦੇ ਪਹਾੜ ਤੇ 17 5 85 5 ਦੁਨੀ 10 ਹੁਣ 77 ਦੀ 17 ਨਾਲ ਗੁਣਾ ਕਰਨੀ ਹੈ ਕਿਵੇਂ ਕਰੋਗੇ ਸਿੱਧੇ ਗੁਣਾ ਕਰਾਂਗੇ 17 119 9 11 17 7 119 ਜੋੜਿਆ 130 1309 6 ਦੁਨੀ 12 ਇਹਨੂੰ ਵੰਡ ਕਰਦੇ ਆ 12 1 12 0 9 12 ਨਾਲ 108 ਤਲਗ ਭਗ ਇੰਨਾ ਆਇਤਨ ਹੈ ਕਣ ਸੈਂਟੀਮੀਟਰ ਤਾਂ ਇਸ ਨੂੰ ਹੱਲ ਕੀਤਾ ਆਪਣੇ ਕੋਲੇ ਕਿੰਨਾ ਆਨਸਰ ਆ ਗਿਆ 109.0 ਕਨਸੈਪਟ ਉਹੀ ਹੈ ਸਤ੍ਹਾ ਦੇ ਖੇਤਰਫਲ ਦਾ ਹੁੰਦਾ ਤਾਂ ਆਪਾਂ ਸਤ੍ਹਾ ਦੇ ਜੋੜ ਦਿੰਦੇ ਆਪਸ ਨੂੰ ਜੋੜ ਦਿੰਦੇ ਹੁਣ ਆਇਤਨ ਦੀ ਗੱਲ ਕਰਦੇ ਆ ਤਾਂ ਆਪਾਂ ਕੀ ਕਰ ਦਿੰਦੇ ਆ ਆਇਤਨ ਜੋੜ ਰਹੇ ਹਾਂ ਹੋਰ ਐਗਜ਼ਾਮਪਲ ਲੈ ਕੇ ਚੱਲਦੇ ਆ ਆਪਾਂ ਹੁਣ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲੇ ਕਹਿੰਦੇ ਦਵਾਈ ਦਾ ਇੱਕ ਕੈਪਸੂਲ ਇੱਕ ਬੇਲਨ ਆਕਾਰ ਦਾ ਹੈ ਇੱਕ ਬੇਲਨ ਆਕਾਰ ਦਾ ਹੈ ਜਿਸ ਦੇ ਦੋਨਾਂ ਸਿਰਿਆਂ ਤੇ ਅਰਧ ਗੋਲਾ ਰੱਖਿਆ ਗਿਆ ਹੈ ਇੱਕ ਅੱਧਰ ਅਰਧ ਗੋਲਾ ਇੱਕ ਇੱਧਰ ਹੈ ਪੂਰੇ ਕੈਪਸੂਲ ਦੀ ਲੰਬਾਈ 14 ਮਿਲੀਮੀਟਰ ਹੈ ਅਤੇ ਵਿਆਸ ਵਿਆਸ ਦਿੱਤਾ ਹੈ ਬਹੁਤ ਧਿਆਨ ਨਾਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿ ਦਿੱਤਾ ਕੀ ਹੈ ਵਿਆਸ 5 ਮਿਲੀਮੀਟਰ ਤਾਂ ਅਰਧ ਵਿਆਸ ਕਿੰਨਾ ਹੋ ਗਿਆ 5/2 5/ 2 ਕੈਪਸੂਲ ਵਿੱਚ ਦਵਾਈ ਦੀ ਮਾਤਰਾ ਹੁਣ ਕੈਪਸੂਲ ਹੁੰਦਾ ਹੈ ਉਹਦੇ ਦਵਾਈ ਕਿੱਥੇ ਹੁੰਦੀ ਹੈ ਅੰਦਰ ਦਵਾਈ ਅੰਦਰ ਹੁੰਦੀ ਹੈ ਨਾ ਤਾਂ ਆਪਾਂ ਕੀ ਪਤਾ ਕਰਨਾ ਹੈ ਆਇਤਨ ਤਾਂ ਫਿਰ ਕੈਪਸੂਲ ਦਾ ਆਇਤਨ ਕਿਦੇ ਬਰਾਬਰ ਹੈ ਇੱਕ ਸਿਲੰਡਰ ਹੈ ਵੀ ਆ ਬੈਲਨ ਸਿਲੰਡਰ ਦਾ ਆਇਤਨ ਹੋਰ ਕੀ ਹੈ ਦੋ ਅਰਧ ਗੋਲੇ ਪਏ ਨੇ ਇੱਕੋ ਨਾਲ ਦੇ ਦੋ ਅਰਧ ਗੋਲੇ ਦਾ আয়তন ਇਹੀ ਹੈ ਸਿਲੰਡਰ ਦੇ আয়তন ਦਾ ਕੀ ਫਾਰਮੂਲਾ ਹੈ ਪਾਈ r ਦੀ 2h ਅਰਧ ਗੋਲੇ ਦਾ 2/3 ਪਾਈ r ਦੀ 3 ਸਾਂਝਾ ਇੱਕ ਪਾਈ r ਦੋ ਬਾਰ ਹੈ ਉਰੇ ਤਿੰਨ ਵਾਰ ਹੈ ਤਾਂ ਘੱਟ ਵਾਰ ਸਾਂਝਾ ਨਿਕਲ ਜੂ ਦੋ ਬਾਰ ਪਿੱਛੇ ਕੀ ਬਚ ਗਿਆ h 2*2=4/3r ਆ ਬਚ ਗਿਆ ਕੀਮਤਾ ਭਰੀਏ ਹੁਣ ਜੋ ਕੀਮਤ ਭਰਨੀ ਹੈ ਪਾਈ ਆ ਗਿਆ 22/7 r 2 ਬਾਰ ਹੈ 5/2 5/2 h h ਕੀ ਹੈ ਸਿਲੰਡਰ ਦੀ ਉਚਾਈ ਉਹ ਕਿੰਨੀ ਹੈ 14 ਨਹੀਂ ਦੇਖਦੇ ਆ ਆ 5/2 ਆ 5/2 ਤਾਂ ਸਿਲੰਡਰ ਦੀ ਉਚਾਈ ਫਿਰ ਕੀ ਹੋਗੀ 14 ਦੇ ਵਿੱਚੋਂ 5/2 ਦੋ ਵਾਰ ਘਟ ਗਿਆ ਦੋ ਨਾਲ ਦੋ ਘਟ ਗਿਆ 14 ਚ 5 ਘਟਾਏ 9 ਆ ਗਿਆ ਤਾਂ ਸਿਲੰਡਰ ਦੀ ਉਚਾਈ ਕਿੰਨੀ ਆ ਗਈ 9 4/3 ਅਰਧ ਵਿਆਸ ਕਿੰਨਾ r ਕਿੰਨਾ 5/2 ਹੁਣ ਆਪਾਂ ਇਹਨੂੰ ਹੱਲ ਕਰਦੇ ਹਾਂ 2 ਤੇ ਗਿਆ 11 11 5 55 55 ਦੇ 5 ਨਾਲ ਗੁਣਾ ਕਰੋ ਜਦੋਂ ਗੁਣਾ ਕਰੋਗੇ ਇਹ ਆ ਗਿਆ 275 ਵਟਾ 7 ਦੁਨੀ 14 9 ਪਲੱਸ 2 1 2 2 ਦੁਨੀ 4 5 ਦੁਨੀ 10 ਵਟਾ 3 ਹੁਣ ਇਹਨੂੰ ਹੱਲ ਕਰਦੇ ਆ ਆਪਾਂ 275 ਵਟਾ 14 ਅੰਦਰ ਲਗੋਤਮ ਆਜੋ 3 9 3 27 10 275 ਵਟਾ 14 ਗੁਣਾ ਸੈਂਟੀ ਵਟਾ 3 ਹੁਣ ਆਪਾਂ ਗੁਣਾ ਕਰਾਂਗੇ 275 ਦੀ ਸੈਂਟੀ ਦੇ ਨਾਲ ਸਿੱਧਾ ਗੁਣਾ ਕਰ ਸਕਦੇ ਹਾਂ 75a 353 199 ਤੇ 3192 53a 151 8257 1 1 10175 ਵਟਾ 14 ਦੀਆ 42 ਤਾਂ ਹੁਣ ਜਾਂ ਇੱਥੇ ਵੀ ਛੱਡ ਸਕਦੇ ਆ ਜਾਂ ਤੁਸੀਂ ਇਹਨੂੰ ਵੰਡ ਵੀ ਸਕਦੇ ਹੋ ਇਹਨੂੰ ਵੰਡਣ ਤੋਂ ਬਾਅਦ ਜਿਹੜਾ ਆਨਸਰ ਆ ਗਿਆ ਉਹ ਆਪਣੀ ਦਵਾਈ ਹੈ ਉਹ ਕਿੰਨੇ ਕਨ ਮਿਲੀਮੀਟਰ ਐਥੇ ਮਿਲੀਮੀਟਰਾਂ ਧਿਆਨ ਰੱਖਣਾ ਉਹ ਕੀ ਐ ਕਨ ਮਿਲੀਮੀਟਰ ਤਾਂ ਇਹ ਆਪਣਾ ਕੁਐਸਚਨ ਆ ਗਿਆ ਹੁਣ ਆਪਾਂ ਅੱਗੇ ਚੱਲਦੇ ਆਂ ਨੈਕਸਟ ਕੁਐਸਚਨ ਐ ਆਪਣੇ ਕੋਲੇ ਲਾਸਟ ਲੈਕਚਰ 'ਚ ਵੀ ਆਪਾਂ ਇਸ ਤਰ੍ਹਾਂ ਦਾ ਕੁਐਸਚਨ ਕੀਤਾ ਬਸ ਉੱਥੇ ਆਪਾਂ ਸਤ੍ਹਾ ਦਾ ਖੇਤਰਫਲ ਦੀ ਗੱਲ ਕੀਤੀ ਸੀ ਇੱਥੇ ਆਪਾਂ ਆਇਟਮ ਦੀ ਗੱਲ ਕਰ ਰਹੇ ਆਂ ਲੱਕੜੀ ਦੇ ਇੱਕ ਠੋਸ ਬੇਲਨ ਕਿਉਂਕਿ ਕਨਸੈਪਟ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਦੇ ਹਰੇਕ ਸਿਰੇ ਤੋਂ ਅਰਧ ਗੋਲਾ ਖੋਦ ਕੇ ਕੱਢਿਆ ਗਿਆ ਹੈ ਯਾਦ ਆ ਗਿਆ ਨਾ ਕੁਸ਼ਣ ਬੇਲਨ ਦੀ ਉਚਾਈ 10 ਸੈਂਟੀਮੀਟਰ ਅਤੇ ਅਰਧ ਵਿਆਸ 3.5 ਹੈ ਤਾਂ ਜਿਹੜੀ ਬਾਕੀ ਬਚ ਗਈ ਵਸਤੂ ਕਹਿੰਦੇ ਉਹਦਾ ਆਇਤਨ ਪਤਾ ਕਰੋ ਆ ਆਪਾਂ ਇਸ ਦਾ ਆਇਤਨ ਪਤਾ ਕਰਨਾ ਹੈ ਠੀਕ ਹੁਣ ਆਇਤਨ ਦੇਖੋ ਜਦੋਂ ਆਪਾਂ ਸਤਾ ਦੇ ਖੇਤਰਫਲ ਦੀ ਗੱਲ ਕੀਤੀ ਸੀ ਤਾਂ ਮੈਂ ਤੁਹਾਨੂੰ ਕੀ ਦੱਸਿਆ ਸੀ ਆਪਾਂ ਜਿਵੇਂ ਤੇ ਪੇਂਟ ਪੇਂਟ ਕਰਨਾ ਹੈ ਆਪਾਂ ਉਸ ਨੂੰ ਕਰੀ ਚੱਲਾਂਗੇ ਪਰ ਆਇਤਨ ਦੀ ਖਾਸੀਅਤ ਆਇਤਨ ਅੰਦਰਲੀ ਜਗ੍ਹਾ ਹੈ ਆ ਸਾਰੀ ਸਿਲੰਡਰ ਦੀ ਜਗ੍ਹਾ ਆ ਬਾਹਰ ਨਿਕਲ ਗਈ ਆ ਬਾਹਰ ਨਿਕਲ ਗਈ ਪਿੱਛੇ ਆ ਬਚ ਗਈ ਤਾਂ ਜਗ੍ਹਾ ਕੀ ਹੋ ਗਈ ਘਟ ਗਈ ਦਾਇਤ ਆਪਾਂ ਮਾਈਨਸ ਕਰਾਂਗੇ ਕਿ ਕਿ ਮਾਈਨਸ ਕਰਾਂਗੇ ਦੇਖੋ ਵਸਤੂ ਦਾ ਆਇਤਨ ਜਿਹੜੇ ਵੀ ਆ ਵਸਤੂ ਬਣਾਈ ਹੈ ਕੀ ਹੋ ਗਿਆ ਪੂਰੇ ਆਇਤਨ ਦੇ ਵਿੱਚੋਂ ਸਿਲੰਡਰ ਦੇ ਆਇਤਨ ਦੇ ਵਿੱਚੋਂ ਦੋ ਅਰਧ ਗੋਲੇ ਦਾ ਆਇਤਨ ਆਪਾਂ ਕੀ ਕਰਤਾ ਘਟਾਤਾ ਬਹੁਤ ਧਿਆਨ ਰੱਖਣਾ ਇਸ ਚੀਜ਼ ਦਾ ਕੀ ਕਰਤਾ ਘਟਾਤਾ ਹੁਣ ਸਿਲੰਡਰ ਦਾ ਆਇਤਨ ਹੋ ਗਿਆ ਪਾਈ r ਦੀ 2h ਅਰਧ ਗੋਲੇ ਦਾ ਹੋ ਗਿਆ 2/3 πr ਦੇ ਤਿੰਨ ਕੀ ਕੀ ਸਾਂਝਾ ਨਿਕਲ ਗਿਆ π r ਦੀ 2 h 4/3r ਬਚ ਗਿਆ ਕੀਮਤਾ ਭਰਨੀਆਂ ਨੇ π 22/7 ਅਰਧ ਵਿਆਸ 3.5 ਹੈ ਦਸ਼ਮਲਵ ਹਟਾਓ 35/10 5 ਦੇ ਪਹਾੜੇ ਤੇ ਗਿਆ 7 5 35 2 2 10 ਤਾਂ 7/2 ਕਿੰਨੇ ਵਾਰ ਆ ਗਿਆ 2 ਵਾਰ h सिलेंडर की उचाई कि दस आर किन्ना सत्त वटा दो एकम दो दूनी बई सत एकम सत्त सत्त एकम सत्त ग्यारह सत्त सतर नीचे आ गया दो दस ओमे दमें दो एकम दो, दो चार सत दूनी चौदह वटा तीन नीचे एक लवेंगे क्योंकि आप लघुत्तम लैके हल करा अंदर लघुत्तम सीधा तरीका मैं दसदा नीचे गुना एक तिया तिया, गुना, तिया ती ती उपर तिरछी गुना कर सकते होना कि आ गया सतर वटा दो गुना ती चौ चौदा घटाए सोलह वटा तीन अठ अठ सत छपंजा छे अठ सत्त छपंजा तं इकाहठ वटा ਤਿੰਨ ਹੁਣ ਇਹਨੂੰ ਜਦੋਂ ਆਪਾਂ ਹੱਲ ਕਰਾਂਗੇ ਤਾਂ ਇਹ ਆਪਣੇ ਕੋਲੇ ਇੰਨਾ ਚੋ ਤਾਂ ਆਪਣੇ ਕੋਲ ਕਿੰਨਾ ਆਨਸਰ ਆ ਗਿਆ ਜਿਹੜੀਆਂ ਜਗ੍ਹਾ ਬਚੀ ਐ ਦੋ ਅਰਧ ਗੋਲੇ ਕੱਢਣ ਤੋਂ ਬਾਅਦ ਉਹਦਾ ਕਿੰਨਾ ਇਤਨਾਂ ਆ ਗਿਆ 616/3 ਸੈਂਟੀਮੀਟਰ ਅਗਲਾ ਕੁਐਸਚਨ ਆ ਰਿਹਾ ਆਪਣੇ ਕੋਲੇ ਕਹਿੰਦੇ ਇੱਕ ਮਾਡਲ ਬਿਲਨ ਆਕਾਰ ਦਾ ਹੈ ਜਿਸ ਦੇ ਦੋਨਾਂ ਸਿਰਿਆਂ ਤੇ ਸ਼ੰਕੂ ਜੁੜੇ ਹੋਏ ਨੇ ਬੈਲਨ ਹੈ ਦੋਨਾਂ ਸਿਰਿਆਂ ਤੇ ਸ਼ੰਕੂ ਜੁੜੇ ਹੋਏ ਨੇ ਮਾਡਲ ਦਾ ਵਿਆਸ 3 ਸੈਂਟੀਮੀਟਰ ਹੈ ਅਗਰ ਵਿਆਸ 3 ਸੈਂਟੀਮੀਟਰ ਹੈ ਅਰਧ ਵਿਆਸ ਅੱਧਾ ਹੋ ਗਿਆ ਕਿਉਂਕਿ ਦੋਨਾਂ ਦੇ ਆਧਾਰ ਸੇਮ ਨੇ ਤਾਂ ਦੋਹਾਂ ਦਾ ਅਰਧ ਵਿਆਸ ਕਿੰਨਾ ਹੋ ਗਿਆ 3/2 ਸਿਲੰਡਰ ਦਾ ਵੀ ਅਤੇ ਸ਼ੰਕੂ ਦਾ ਵੀ ਲੰਬਾਈ ਕਿਹਦੀ ਲੰਬਾਈ ਹੈ ਦੇਖੋ ਧਿਆਨ ਨਾਲ ਮਾਡਲ ਦੀ ਇਹ ਬਹੁਤ ਧਿਆਨ ਰੱਖਣਾ ਹੈ ਮਾਡਲ ਦੀ ਲੰਬਾਈ 12 ਸੈਂਟੀਮੀਟਰ ਹੈ ਦੇਖੋ ਉਹ ਮਾਡਲ ਸ਼ਬਦ ਪਾਇਆ ਹੋਇਆ ਹੈ ਸਿਲੰਡਰ ਨਹੀਂ ਪਾਇਆ ਸ਼ੰਕੂ ਦੀ ਉਚਾਈ 2 ਸੈਂਟੀਮੀਟਰ ਹੈ ਆ ਵੀ 2 ਹੈ ਆ ਵੀ 2 ਹੈ ਹੁਣ ਟੋਟਲ 12 ਹੈ 2 ਆ ਗਿਆ 2 ਆ ਗਿਆ ਤਾਂ ਸਿਲੰਡਰ ਦੀ ਕਿੰਨੀ ਰਹਿ ਗਈ 8 12 2 ਘਟ ਗਿਆ 10 2 ਘਟ ਗਿਆ 8 ਤਾਂ ਸਿਲੰਡਰ ਦੀ ਉਚਾਈ ਹੈ ਬਿਲਨਾ ਭਾਗ ਦੀ ਉਚਾਈ ਕਿੰਨੀ ਰਹਿ ਗਈ 8 ਮਾਡਲ ਵਿੱਚ ਮੌਜੂਦ ਹਵਾ ਕਿੱਥੇ ਆ ਜੀ ਹਵਾ ਆ ਰਹੀ ਆ ਸਾਰੀ ਹਵਾ ਹੈ ਤਾਂ ਇਹ ਕੀ ਹੋ ਗਿਆ ਇਹਦਾ ਆਇਤਨ ਹੋ ਗਿਆ ਤਾਂ ਫਿਰ ਆਪਾਂ ਕੀ ਕੱਢਣਾ ਹੈ ਅਸਲ ਦੇ ਵਿੱਚ ਮਾਡਲ ਦਾ ਆਇਤਨ ਕੀ ਕੀ ਹੋ ਗਿਆ ਸਿਲੰਡਰ ਜਾਂ ਬਿਲਨਾਕਾਰ ਭਾਗ ਦਾ ਆਇਤਨ ਪਲੱਸ ਦੋ ਸ਼ੰਕੂਨ ਇੱਕੋ ਨਾਲ ਦੇ ਦੋਨਾਂ ਸ਼ੰਕੂਆਂ ਦਾ ਆਇਤਨ ਹੁਣ ਫਰਕ ਕੀ ਹੈ ਦੇਖੋ ਜਿਹੜੀ ਇੱਕ ਇੰਪੋਰਟੈਂਟ ਚੀਜ਼ ਹੈ ਜਿਸ ਤੇ ਆਪਾਂ ਧਿਆਨ ਦੇਣਾ ਕੀ ਹੈ ਦੋਹਾਂ ਦੀਆਂ ਉਚਾਈਆਂ ਅਲੱਗ-ਅਲੱਗ ਨੇ ਇਹਨੂੰ ਆਪਾਂ ਵੱਡੀ ਐਚ ਲੈ ਕੇ ਚੱਲਦੇ ਹਾਂ ਇਹਨੂੰ ਆਪਾਂ ਛੋਟੀ ਐਚ ਲੈ ਕੇ ਚੱਲਦੇ ਹਾਂ ਸਿਲੰਡਰ ਹੋ ਗਿਆ ਪਾਈ r ਦੀ 2 h ਸ਼ੰਕੂ 1/3 ਪਾਈ r ਦੀ 2 small h ਆ ਚੀਜ਼ ਆ ਗਈ ਸਾਂਝਾ ਦੇਖੋ ਆ ਐਜ਼ ਇਟ ਇਜ਼ ਸਾਂਝਾ ਨਿਕਲ ਗਿਆ ਦੋਹਾਂ ਦੇ ਵਿੱਚ ਪਿਆ πr ਦੀ ਦੋ ਪਿੱਛੇ ਉਰੇ h ਬਚ ਗਿਆ 2/3 small h ਕੀਮਤ ਭਰ ਦਿਆਂ π 22/7 ਕਿਉਂਕਿ ਕੁਝ ਵੀ ਮੈਂਸ਼ਨ ਨਹੀਂ ਕੀਤਾ r 3/2 ਦੋ ਘਾਤਾ ਹੈ ਦੋ ਬਾਰ h ਸਿਲੰਡਰ ਦੀ ਉਚਾਈ 8 h ਛੋਟੀ ਸ਼ਾਂਕੋ ਦੀ ਉਚਾਈ ਤਾਂ ਆ ਆ ਗਿਆ ਹੁਣ ਆਪਾਂ ਇਹਨੂੰ ਕੀ ਕਰਾਂਗੇ ਹੱਲ ਕਰਾਂਗੇ ਆ ਜਿਹੜਾ ਕੱਟਿਆ ਜਾਂਦਾ ਕੱਟ ਦੋ ਬਾਕੀ ਨੂੰ ਐਜ਼ ਇਟ ਇਜ਼ ਚੱਲਣ ਦੋ 11 3 33 33 3 99 7 2 14 8 ਓਮੇ ਦਾ ਓਮੇ 2 2 4 3 ਵਟਿਆਂ ਚ ਕੀ ਕਰਾਂਗੇ ਲਘੁਤਮ ਲੈ ਕੇ ਹੱਲ ਕਰਾਂਗੇ 99 14 ਇੱਥੇ ਕੀ ਦੱਸਿਆ ਨੀਚੇ ਗੁਣਾ ਉੱਪਰ ਤਿਰਛੇ ਗੁਣਾ 8 ਤੇ 24 4 1 4 99 14 24 4 28 3 14 1 14 14 2 28 ਆ 3 ਦੇ ਪਹਾੜ ਤੇ ਵੰਡਿਆ ਗਿਆ ਤਾਂ ਕਿੰਨਾ ਆ ਗਿਆ 33 2 66 ਕਨ ਸੈਂਟੀਮੀਟਰ ਤਾਂ ਇਹ ਕੁਐਸਚਨ ਹੈ ਇਸ ਟਾਈਪ ਦੇ ਕੁਐਸਚਨ ਕਰਨੇ ਆ ਜਿਆਦਾ ਫਰਕ ਨਹੀਂ ਕਨਸੈਪਟ ਉਹੀ ਹੈ ਸਿਰਫ ਆਇਤਨ ਕਰਕੇ ਫਾਰਮੂਲੇ ਚੇਂਜ ਹੋਗੇ ਹੋਰ ਐਗਜ਼ਾਮਪਲ ਲੈ ਕੇ ਚੱਲਦੇ ਆਪਾਂ ਨੈਕਸਟ ਕੁਐਸਚਨ ਆ ਰਿਹਾ ਬੜਾ ਇੰਟਰਸਟਿੰਗ ਕੁਐਸਚਨ ਹੈ ਆਪਣੇ ਕੋਲੇ ਕਹਿੰਦੇ ਉਚਾਈ 220 ਸੈਂਟੀਮੀਟਰ ਅਤੇ ਆਧਾਰ ਵਿਆਸ ਦੇਖੋ ਸਭ ਤੋਂ ਵੱਡੀ ਆਪਣੀ ਜੋ ਥੋੜਾ ਜਿਹਾ ਕਨਫਿਊਜ਼ਨ ਦੇ ਚਾਂਸ ਹੈ ਇੱਥੇ ਆਧਾਰ ਵਿਆਸ ਹੈ ਅਰਧ ਵਿਆਸ ਨਹੀਂ ਹੈਗਾ ਆਧਾਰ ਵਿਆਸ ਮਤਲਬ ਆਧਾਰ ਦਾ ਵਿਆਸ ਵਾਲੇ ਇੱਕ ਬੇਲਨ ਕਿ ਦਿੱਤੇ ਆਪਾਂ ਨੂੰ ਆਪਾਂ ਨਾਲ ਦੀਆਂ ਡਾਇਗਰਾਮ ਬਣਾਣੇ ਆ ਇੱਕ ਬੇਲਨ ਦਿੱਤਾ ਜਿਸ ਦੀ ਉਚਾਈ 220 ਸੈਂਟੀਮੀਟਰ ਅਤੇ ਵਿਆਸ 24 ਜੇ ਵਿਆਸ 24 ਹੈ ਅਰਧ ਵਿਆਸ ਕਿੰਨਾ ਹੋ ਗਿਆ 12 ਬਬਾਲਾ ਇੱਕ ਬੇਲਨ ਜਿਸ ਤੇ ਉਚਾਈ 60 ਸੈਂਟੀਮੀਟਰ ਅਤੇ ਅਰਧ ਵਿਆਸ 8 ਰੱਖਿਆ ਗਿਆ ਹੈ ਇਦੇ ਉੱਤੇ ਇੱਕ ਹੋਰ ਛੋਟਾ ਬਿਲਨ ਰੱਖਤਾ ਜਿਸ ਦੀ ਉਚਾਈ ਦਿੱਤੀ 60 ਸੈਂਟੀਮੀਟਰ ਇੱਥੇ ਅਰਧ ਵਿਆਸ ਦਿੱਤਾ ਹੈ ਉਹ 8 ਹੈ ਠੀਕ ਕਹਿੰਦੇ ਰੱਖ ਕੇ ਖੰਭਾ ਬਣਾਇਆ ਗਿਆ ਹੈ ਇੱਕ ਖੰਭਾ ਬਣ ਚੁਕਿਆ ਹੈ ਇਸ ਖੰਬੇ ਦਾ ਭਾਰ ਪਤਾ ਕਰੋ ਭਾਰ ਦਾ ਮਤਲਬ ਆਇਤਨ ਪਤਾ ਕਰੋ ਆਪਾਂ ਨੂੰ ਨਾਲ ਉਹ ਡੈਂਸਿਟੀ ਦਿੱਤੀ ਭਾਰ ਦਿੱਤਾ ਤਾਂ ਆਪਾਂ ਇਹਨੂੰ ਹੱਲ ਕਰਨਾ ਹੈ ਪਹਿਲਾਂ ਆਪਾਂ ਇਹਦੇ ਆਇਤਨ ਤੇ ਗੱਲ ਕਰਦੇ ਹਾਂ ਕਿਉਂਕਿ ਫੇਰ ਭਾਰ ਦੀ ਜਿਵੇਂ ਦਿੱਤੀ ਹੋਈ ਆਪਾਂ ਉਸ ਅਕੋਰਡਿੰਗ ਗੱਲ ਕਰਾਂਗੇ ਖੰਬੇ ਦਾ ਆਇਤਨ ਇੱਥੇ ਕੀ ਹੈ ਦੋ ਬਿਲਨ ਹੈ ਦੋ ਸਿਲੰਡਰ ਹੈ ਇੱਕ ਵੱਡਾ ਇੱਕ ਛੋਟਾ ਵੱਡੇ ਬਿਲਨ ਦਾ ਆਇਤਨ ਪਲੱਸ ਛੋਟੇ ਬਿਲਨ ਦਾ ਆਇਤਨ ਕਿਉਂਕਿ ਡਾਈਮੈਂਸ਼ਨਸ ਸਾਰੀਆਂ ਅਲੱਗ-ਅਲੱਗ ਨੇ ਤਾਂ ਉਰੇ ਵੱਡੀ ਆ ਰ ਵੱਡੀ ਐ ਚ ਆ ਛੋਟੀ ਆ ਰ ਛੋਟੀ ਐ ਚ ਵੱਡਾ ਬਿਲਨ پائی ਵੱਡੀ ਆਰ ਦੀ 2 ਐ ਚ ਛੋਟਾ پائی ਆਰ ਦੀ 2 ਐ ਚ ਠੀਕ پائی ਸਾਂਝਾ ਪਿੱਛੇ ਆਪਣੇ ਕੋਲੇ ਆ ਬਚ ਗਿਆ پائی ਬਾਰੇ ਦੇਖੋ ਲਿਖ ਰੱਖਿਆ 3.14 ਜਾਂ 314/100 ਵੱਡੀ ਆਰ 12 2 12 ਹੈ ਕਿਉਂਕਿ 2 ਕਾ ਆਤਾ ਹੈ ਉਚਾਈ 220 ਛੋਟੀ ਆਕ ਅੱਥ ਦੋ ਬਾਾਰ ਉਚਾਈ ਆ ਗਈ 60 ਹੁਣ ਦੇਖੋ ਇੱਥੇ ਇਹਨੂੰ ਕਿਵੇਂ ਹੱਲ ਕੀਤਾ ਜਾਵੇ ਕੈਲਕੂਲੇਸ਼ਨ ਨੂੰ ਅਗਰ ਸੌਖਾ ਬਣਾਣਾ ਹੈ 1010 ਮਤਲਬ 10 ਨੂੰ ਬਾਹਰ ਕੱਢ ਲਓ ਕਿਤਨਾ ਕਿਤੇ ਆਪਣੀ ਗੁਣਾ ਸੌਖੀ ਹੋ ਜਾਊ ਪਿੱਛੇ ਆ ਬਚ ਗਿਆ ਹੋਰ ਵੀ ਅਗਰ ਚਾਹੋ ਤਾਂ ਗੁਨਖੰਡ ਕਰ ਸਕਦੇ ਹੋ ਨਹੀਂ ਤੁਸੀਂ ਇੱਥੇ ਵੀ ਹੱਲ ਕਰ ਸਕਦੇ ਹੋ ਆ ਕੱਟ ਗਿਆ ਆ ਗੁਣਾ ਕਰਦੇ ਆ 12 ਦੀ 12 ਨਾਲ ਗੁਣਾ ਕਿਤੇ 144 144 ਨੂੰ ਹੁਣ 22 ਨਾਲ ਗੁਣਾ ਕਰਨੀ ਹੈ ਸਿੱਧਾ 22 ਦਾ ਪਹਾੜਾ ਪੜੋ 22 ਚੋਕਾ 88 8 8 22 ਚੋਕਾ 88 ਤੇ 96 6 9 22 ਤੇ 9 31 ਤਾਂ 314 ਵਟੇ 10 ਗੁਣਾ 31 68 ਪਲੱਸ 8 8 64 6 ਨਾਲ ਗੁਣਾ ਕਰੋਗੇ ਕਿੰਨਾ ਆਜੂ 384 384 ਹੁਣ ਇਸ ਤੋਂ ਬਾਅਦ ਕੀ ਆ ਗਿਆ ਦੇਖੋ 314 ਵਟੇ 10 ਗੁਣਾ 8 ਤੇ 4 12 1 7 ਤੇ 8 15 1 32 ਤੇ 3 35 ਆਪਾਂ ਦੇ ਕੋਲੇ ਆ ਚੁੱਕਿਆ 314 ਵਟੇ 10 ਗੁਣਾ 35 52 ਅੱਗੇ ਚੱਲਦੇ ਆ ਇਹਨੂੰ ਆਪਾਂ ਇੱਕ ਵਾਰ ਇੱਥੇ ਛੱਡ ਲਿਆ ਇਕੱਠਾ ਹੱਲ ਕਰ ਲਾਂਗੇ ਇਹ ਆ ਗਿਆ ਆਪਣੇ ਕੋਲੇ ਇਹਦਾ ਆਇਤਨ ਪਰੰਤੂ ਆਪਾਂ ਨੂੰ ਕੀ ਦਿੱਤਾ ਹੈ ਨਾ ਲਾ ਦਿੱਤਾ ਹੈ ਲੋਹੇ ਦਾ ਭਾਰ 1 ਕੰਨ ਸੈਂਟੀਮੀਟਰ ਦਾ ਇੰਨਾ ਦਿੱਤਾ ਆਪਣੇ ਕੋਲ ਕਿੰਨੇ ਕੰਨ ਸੈਂਟੀਮੀਟਰ ਐਨੇ ਤਾਂ ਫਿਰ ਭਾਰ ਕਿੰਨਾ ਹੋਜੂ ਸਿੱਧੀ ਆਪਾਂ 8 ਦੇ ਨਾਲ ਕੀ ਕਰਦਾਂਗੇ ਗੁਣਾ ਕਰਦਾਂਗੇ ਤਾਂ ਖੰਬੇ ਦਾ ਭਾਰ ਆਪਣੇ ਕੋਲੇ ਇੰਨਾ ਕੰਨ ਸੈਂਟੀਮੀਟਰ ਸੀ 1 ਕੰਨ ਸੈਂਟੀਮੀਟਰ ਇਹ ਸੀ 8 ਗ੍ਰਾਮ ਜਾਂ 8/1000 ਕਿਲੋਗ੍ਰam ਹੁਣ ਆਪਾਂ ਇਹਦੇ ਕੀ ਕਰਨੀ ਐ ਗੁਣਾ ਕਰਨੀ ਐ ਗੁਣਾ ਕਰਕੇ ਜਿੰਨਾ ਆਜੂਗਾ ਆਪਣੇ ਕੋਲੇ ਆਨਸਰ ਆ ਜਾਣਾ ਹੈ ਤਾਂ ਇਹਦੇ ਗੁਣਾ ਕਰਾਂਗੇ ਜਦੋਂ ਆਪਣੇ ਕੋਲੇ ਆਜੂ 9922624 ਆਸਾਨੀ ਨਾਲ ਆਪਾਂ ਗੁਣਾ ਕਰ ਸਕਦੇ ਆ ਮੈਂ ਡਾਇਰੈਕਟ ਲਿਖ ਰਿਹਾ 1000 ਦੀ 10 ਨਾਲ ਗੁਣਾ ਕੀਤੀ 10000 ਕਿਲੋਗ੍ਰam 4 ਜ਼ੀਰੋ ਆ 4. ਪੁਆਇੰਟ ਆਗੇ ਤਾਂ ਕਿੰਨਾ ਆਨਸਰ ਆ ਗਿਆ ਉਸ ਖੰਭੇ ਦਾ ਜਿਹੜਾ ਭਾਰ ਹੋਣਾ ਕਿੰਨਾ ਹੋਣਾ ਹੈ 892.2624 ਕਿਲੋਗ੍ਰam ਨੈਕਸਟ ਕੁਐਸਚਨ ਆ ਗਿਆ ਬੜਾ ਇੰਟਰਸਟਿੰਗ ਕੁਐਸਚਨ ਹੈ ਇਹਦੇ ਵਿੱਚ ਕੀ ਹੈ ਪਿਛਲਾ ਟਾਪਿਕ ਕੰਬਾਈਨ ਵਾਲਾ ਬੜਾ ਮਿਕਸ ਕੁਐਸਚਨ ਪਾਇਆ ਗਿਆ ਦੇਖੋ ਧਿਆਨ ਨਾਲ ਕਿਵੇਂ ਇੱਕ ਠੋਸ ਵਿੱਚ ਉਚਾਈ 120 ਅਤੇ ਅਰਧ ਵਿਆਸ 60 ਸੈਂਟੀਮੀਟਰ ਵਾਲਾ ਇੱਕ ਸ਼ੰਕੂ ਸ਼ਾਮਿਲ ਹੈ ਇੱਕ ਸ਼ੰਕੂ ਦਿੱਤਾ ਬਿਲਕੁਲ ਸਟੈਪ ਬਾਈ ਸਟੈਪ ਚੱਲ ਰਹੇ ਹਾਂ ਜਿਹਦੀ ਉਚਾਈ 120 ਹੈ ਅਰਧ ਵਿਆਸ 60 ਹੈ ਵਾਲੇ ਜੋ 60 ਸੈਂਟੀਮੀਟਰ ਅਰਧ ਵਿਆਸ ਕਿਉਂਕਿ ਇਹਦਾ ਵੀ 60 ਹੈ ਅਗਲੇ ਦਾ ਵੀ 60 ਹੈ ਤਾਂ ਦੋਹਾਂ ਦਾ ਆਧਾਰ ਸੇਮ ਹੈ ਇੱਕ ਅਰਧ ਗੋਲੇ ਤੇ ਬਣਿਆ ਹੋਇਆ ਹੈ ਆ ਤਾਂ ਹੋ ਗਿਆ ਪਹਿਲਾ ਠੋਸ ਜੋ ਪਹਿਲੀਆਂ ਦੋ ਲਾਈਨਾਂ ਅੱਗੇ ਹੈ ਉਸ ਤੋਂ ਬਾਅਦ ਕਹਿੰਦੇ ਇਸ ਠੋਸ ਨੂੰ ਪਾਣੀ ਨਾਲ ਭਰੇ ਇੱਕ ਲੰਬ ਚੱਕਰੀ ਬੇਲਨ ਵਿੱਚ ਇਸ ਪ੍ਰਕਾਰ ਸਿੱਧਾ ਪਾ ਦਿੱਤਾ ਜਾਂਦਾ ਹੈ ਕਿ ਇਹ ਬੇਲਨ ਦੇ ਤਲ ਨੂੰ ਸਪਰਸ਼ ਕਰਦਾ ਐਕਚੁਅਲੀ ਇੱਥੇ ਕਹਿਣ ਦਾ ਮਤਲਬ ਪਤਾ ਕੀ ਹੈ ਜਿਹੜਾ ਬੇਲਨ ਦਾ ਤਲ ਹੈ ਇੱਧਰ ਲਾ ਵੀ ਤੇ ਇੱਧਰ ਲਾ ਵੀ ਇਹ ਦੋਹਾਂ ਨੂੰ ਟੱਚ ਕਰਦਾ ਹੈ ਚਾਰੇ ਪਾਸਿਓਂ ਦੇਖੋ ਉੱਪਰੋਂ ਵੀ ਟੱਚ ਕਰੂਗਾ ਨੀਚੋਂ ਵੀ ਇਹ ਪਾਣੀ ਦਾ ਭਰਿਆ ਹੋਇਆ ਜਦੋਂ ਇਹਨੂੰ ਅੰਦਰ ਪਾਵਾਂਗੇ ਤਾਂ ਕਲੀਅਰ ਹੈ ਜਿਹੜਾ ਪਾਣੀ ਹੈ ਬਾਹਰ ਆ ਰਿਹਾ ਹੈ ਕਿੰਨਾ ਪਾਣੀ ਬਾਹਰ ਆਣਾ ਹੈ ਪਹਿਲਾ ਕੁਸਚਨ ਕਿੰਨਾ ਪਾਣੀ ਬਾਹਰ ਆਣਾ ਹੈ ਜਿੰਨੀ ਜਗ੍ਹਾ ਅੰਦਰ ਗਈ ਹੈ ਅੰਦਰ ਕੀ ਗਿਆ ਪਹਿਲਾ ਠੋਸ ਤਾਂ ਜਿਹੜਾ ਪਾਣੀ ਬਾਹਰ ਡੁੱਲਿਆ ਉਹ ਜਿੰਨੀ ਸਪੇਸ ਅੰਦਰ ਗਈ ਹੈ ਪਹਿਲੇ ਠੋਸ ਦਾ ਆਇਤਨ ਹੋ ਗਿਆ ਪਰੰਤੂ ਕੁਸਚਨ ਕੀ ਹੈ ਕਹਿੰਦੇ ਬਾਕੀ ਬਚੇ ਨਾਲ ਦੇਖੋ ਆਪਾਂ ਨੂੰ ਅਰਧ ਵਿਆਸ ਦਿੱਤਾ 60 ਬੇਲਨ ਦਾ ਉਚਾਈ ਦਿੱਤੀ 180 ਬਰਾਬਰ ਆ ਗਈ ਨਾ ਤਾਂ ਬੇਲਨ ਵਿੱਚ ਬਾਕੀ ਬਚਿਆ ਪਾਣੀ ਕਿੱਥੇ ਕਿੱਥੇ ਬਚਿਆ ਇੱਥੇ ਬਚਿਆ ਬਾਕੀ ਦੇ ਕਿ ਡੁੱਲ ਗਿਆ ਇਹਨੇ ਜਗ੍ਹਾ ਘੇਰ ਲਈ ਤਾਂ ਇੱਥੇ ਬਚਿਆ ਕਹਿੰਦੇ ਉਹ ਪਤਾ ਕਰਨਾ ਤਾਂ ਹੋਇਆ ਕਿ ਇੱਥੇ ਦੇਖੋ ਜਿਹੜਾ ਆਇਤਨ ਹੈ ਬਾਕੀ ਬਚਿਆ ਪਾਣੀ ਕਹ ਲਓ ਜਾਂ ਆਇਤਨ ਬਾਕੀ ਬਚੇ ਪਾਣੀ ਦਾ ਆਇਤਨ ਕਿਹਦੇ ਬਰਾਬਰ ਹੈ ਪੂਰਾ ਸਿਲੰਡਰ ਦਾ ਆਇਤਨ ਮਾਈਨਸ ਜਿਹੜਾ ਉਹਦੇ ਅੰਦਰ ਆ ਜਗ੍ਹਾ ਗਈ ਹੈ ਇਹਨੂੰ ਮੈਂ ਸ਼ਬਦ ਠੋਸ ਲਿਖ ਰਿਹਾ ਇੱਕ ਵਾਰੀ ਠੋਸ ਦਾ ਆਇਤਨ ਹੁਣ ਸਿਲੰਡਰ ਇੱਥੇ ਆਪਾਂ ਲੈ ਲਈ ਵੱਡੀ ਆ ਕਿਉਂਕਿ ਦੇਖੋ ਪਹਿਲੀ ਗੱਲ ਖਾਸियत ਤਿੰਨਾਂ ਦਾ ਅਰਧ ਵਿਆਸ ਸੇਮ ਹੈ ਤਾਂ ਤਿੰਨਾਂ ਨੂੰ ਆਪਾਂ r ਲੈ ਕੇ ਚੱਲਾਂਗੇ ਠੀਕ ਸਿਲੰਡਰ ਦੀ ਉਚਾਈ ਹੋਗੀ ਵੱਡੀ h ਸ਼ੰਕੂ ਦੀ ਆਪਾਂ ਲੈ ਲਈ ਛੋਟੀ h πr ਦੀ ਦੋ ਵੱਡੀ h ਆ ਜਿਹੜਾ ਠੋਸ ਹੈ ਅੰਦਰ ਜਿਹੜਾ ਠੋਸ ਗਿਆ ਉਹਦੀ ਖਾਸियत ਕੀ ਹੈ ਉਹ ਇੱਕ ਸ਼ੰਕੂ ਹੈ ਇੱਕ ਆਪਣੇ ਕੋਲ ਕੀ ਹੈ ਅਰਧ ਗੋਲ ਹੈ ਇਹੀ ਹੈ ਨਾ ਦੇਖੋ ਧਿਆਨ ਨਾਲ ਇੱਕ ਸ਼ੰਕੂ ਗਿਆ ਇੱਕ ਆਪਣੇ ਕੋਲੇ ਅਰਧ ਗੋਲਾ ਗਿਆ ਸ਼ੰਕੂ ਦਾ আয়তন 1/3 पाई r ਦੀ 2 ਛੋਟੀ ਐਚ ਕਿਉਂਕਿ ਆਪਾਂ ਉਹਦੀ ਉਚਾਈ ਨੂੰ ਛੋਟੀ ਐਚ ਲੈ ਕੇ ਚੱਲ ਰਹੇ ਹਾਂ ਪਲੱਸ ਅਰਧ ਗੋਲਾ 2/3 पाई r ਦੀ 3 ਠੀਕ ਹੋ ਗਿਆ ਸਾਂਝਾ ਦੇਖੋ पाई r ਦੀ 2 पाई r ਦੀ 2 पाई r ਦੀ 2 ਪਿੱਛੇ ਕੀ ਬਚ ਗਿਆ ਵੱਡੀ ਐਚ ਮਾਈਨਸ एक वटा तीन है दो वटा तीन मैं निशान नहीं पा रहा हाले इतने आर तीन घात दो बाहर निकल गया एक आर उरे माइनस है उरे प्लस है ध्यान रखना इतने की आ गया माइनस आ गया हूँ आप कीमत भरते हैं पाई आ गया बाई वटा सत पाई कि आ गया बाई वटा सत, आर किन्ना सार दो बार ਵੱਡੀ ਐਚ ਕਿੰਨੀ ਆ 180 ਛੋਟੀ ਐਚ ਕਿੰਨੀ ਐ 120 ਆਰ ਕਿੰਨਾ ਐ 60 ਠੀਕ ਹੋ ਗਿਆ ਕੀਮਤਾ ਭਰੀਆਂ ਇਹ ਕੱਟਿਆ ਨਹੀਂ ਜਾਂਦਾ 22 6 132 132 ਦੀ 6 ਨਾਲ ਗੁਣਾ ਕੀਤੀ 792 792 2 0 7 180 Ω ਦਾ Ω ਇੱਕ ਕੱਟਿਆ ਗਿਆ 40 ਆ ਗਿਆ 20 2 ਦੁਨੀ 40 ਆ ਗਿਆ ਠੀਕ ਕੀ ਬਚਿਆ ਪਿੱਛੇ 79 200 ਵਟੇ 7 ਗੁਣਾ 100 792000 ਵਟੇ 7 ਇਹਨੂੰ ਵੰਡ ਕਰਾਂਗੇ ਇੰਨਾ ਪਾਣੀ ਆਪਣੇ ਕੋਲੇ ਬਚ ਜਾਊਗਾ ਠੀਕ ਆਥਿਕਸ ਇਸ ਫੋਰ ਦਾ ਇੰਟਰਸਟਿੰਗ ਇਹ ਕੋਈ ਜ਼ਰੂਰੀ ਨਹੀਂ ਕਿ ਹੈਗਾ ਹਰੇਕ ਥਾਂ ਤੇ پائی ਦੀ ਕੀਮਤ 22/7 ਇੱਥੇ ਕੁਝ ਵੀ ਮੈਂਸ਼ਨ ਨਹੀਂ ਹੈਗਾ ਆਪਣੀ ਨਾਰਮਲ ਆਦਤ ਕੀ ਹੁੰਦੀ ਆਪਾਂ پائی ਨੂੰ 22/7 ਲੈ ਕੇ ਚੱਲਦੇ ਹਾਂ ਜਦੋਂ ਮੈਂਸ਼ਨ ਨਹੀਂ ਹੁੰਦਾ ਪਰ ਤੁਸੀਂ ਧਿਆਨ ਨਾਲ ਦੇਖੋ ਅਗਰ ਇਹਨੂੰ ਆਪਾਂ 3.14 ਦੇ ਨਾਲ ਕਰਾਂਗੇ ਤਾਂ ਕੈਲਕੂਲੇਸ਼ਨ ਸੌਖੀ ਬਣ ਜੂ ਨਾਰਮਲ ਆਪਾਂ 22/7 ਪਤਾ ਕਿਉਂ ਲੈਂਦੇ ਆ ਕਿਉਂਕਿ ਕੋਈ ਵੀ ਕੁਐਸਚਨ ਚੈੱਕ ਕਰਕੇ ਦੇਖੋ ਅਰਧ ਵਿਆਸ ਨੂੰ ਖਾਸ ਕਰਕੇ ਉਹ 7 ਦੇ ਪਹਾੜੇ ਤੇ ਆਂਦਾ 14 ਦਿੱਤਾ ਹੈ 7 ਦਿੱਤਾ ਹੈ 3.5 ਦਿੱਤਾ ਹੈ ਇੱਥੇ ਜੇ ਆਪਾਂ ਦੇਖੀਏ ਸਾਰੇ 60 120 180 ਨੇ ਸੱਤ ਦੇ ਕੋਈ ਨਹੀਂ ਵੰਡਿਆ ਜਾਂਦਾ ਤਾਂ ਤੁਸੀਂ ਅਗਰ ਇਹਨੂੰ ਹੱਲ ਕਰਨਾ ਚਾਹੋ ਤਾਂ ਉਰੇ ਪਾਈ ਦੀ ਕੀਮਤ ਨੂੰ 3.14 ਨਾਲ ਵੀ ਹੱਲ ਕਰਕੇ ਇਸ ਕੁਸ਼ਚਨ ਨੂੰ ਸੌਖਾ ਬਣਾ ਸਕਦੇ ਹੋ ਦੇਖੋ ਜਦੋਂ 314 ਵਟੇ 100 ਭਰਾਂਗੇ ਦੋ ਦੋ ਜ਼ੀਰੋ ਕੱਟ ਗਏ ਨਾ ਕੁਸ਼ਚਨ ਕਿੰਨਾ ਸੌਖਾ ਬਣ ਜਾਊਗਾ ਆਪਣਾ ਤਾਂ ਤੁਸੀਂ ਇਸ ਅਕੋਰਡਿੰਗ ਵੀ ਕੱਟ ਸਕਦੇ ਹੋ ਇੱਥੇ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਦੇ ਨਾਲ ਤਾਂ ਦੋਸਤੋ ਇਹੇ ਸੀ ਆਪਣਾ ਸੈਕੰਡ ਟੌਪਿਕ ਠੋਸਾਂ ਦੇ ਸੰਯੋਜਨ ਦੇ আয়ਤਨ ਦੀ थैंक यू